ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਯੂਟਿਊਬ ਚੈਨਲ ਇਗਜ਼ਾਮ ਸਟੱਡੀ ਵਿਦ ਜੋਬ ਅਲਰਟ 'ਤੇ। ਮਾਸਟਰ ਕੇਡਰ ਇਗਜ਼ਾਮ ਅਗਲਾ ਟੋਪਿਕ ਹੈ ਜੀ, ਦੂਜਾ ਵਿਸ਼ਵ ਯੁੱਧ ਵਰਲਡ ਹਿਸਟਰੀ ਦਾ ਟੋਪਿਕ ਹੈ। ਇਸ ਤੋਂ ਪਹਿਲਾਂ ਵਾਲੇ ਭਾਗ ਤੁਸੀਂ ਸਾਡੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਰੀਡ ਕਰ ਸਕਦੇ ਹੋ। ਪਲੇਲਿਸਟ ਦਾ ਲਿੰਕ ਜਾਂ ਫਿਰ ਵੀਡੀਓ ਦਾ ਲਿੰਕ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਮਿਲ ਜਾਏਗਾ। ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ, ਤਾਂ ਤੁਹਾਨੂੰ ਨਵੇਂ ਨਵੇਂ ਟੋਪਿਕ 'ਤੇ ਵੀਡੀਓ ਦਾ ਅਪਡੇਟ ਇਨਫੋਰਮੇਸ਼ਨ ਹੈ ਜਿਹੜੀ ਮਿਲਦੀ ਰਹੇ। ਤਾਂ ਸਟਾਰਟ ਕਰਦੇ ਹਾਂ ਜੀ ਸੈਕਿੰਡ ਵਰਲਡ ਵਾਰ। 1 ਸਤੰਬਰ ਜਾਂ 2 ਸਤੰਬਰ 1939 ਈਸਵੀ ਨੂੰ ਜਰਮਨੀ ਨੇ ਪੋਲੈਂਡ 'ਤੇ ਹਮਲਾ ਕੀਤਾ। ਇਸ ਦੇ 2 ਦਿਨ ਬਾਅਦ ਫਰਾਂਸ ਅਤੇ ਬ੍ਰਿਟੇਨ ਨੇ ਜਰਮਨੀ ਦੇ ਵਿਰੁੱਧ ਯੁੱਧ ਦੀ ਘੋਸ਼ਣਾ ਕੀਤੀ ਅਤੇ ਇਸ ਦੇ ਨਾਲ ਦੂਜੇ ਵਿਸ਼ਵ ਯੁੱਧ ਦੀ ਸ਼ੁਰੂਆਤ ਹੋਈ। ਇਹ ਯੁੱਧ ਸੀ ਜਿਹੜਾ ਉਹ 6 ਸਾਲਾਂ ਤੱਕ ਲੜਿਆ ਗਿਆ ਸੀ। ਇਸ ਦਾ ਅੰਤ 2 ਸਤੰਬਰ 1945 ਵਿੱਚ ਹੋਇਆ। ਇਹਦੇ ਵਿੱਚ 61 ਦੇਸ਼ਾਂ ਨੇ ਭਾਗ ਲਿਆ ਸੀ। ਦੂਜੇ ਵਿਸ਼ਵ ਯੁੱਧ ਦਾ ਤਤਕਾਲੀਨ ਕਾਰਨ ਜਰਮਨੀ ਦਾ ਪੋਲੈਂਡ ਮਿੱਤਰ ਰਾਸ਼ਟਰ ਦਾ ਇਲਾਕਾ ਇਸ 'ਤੇ ਹਮਲਾ ਕਰਨਾ ਸੀ। ਦੂਜੇ ਵਿਸ਼ਵ ਯੁੱਧ ਦੇ ਦੌਰਾਨ ਜਰਮਨ ਜਰਨਲ ਰੋਮਮੇਲ ਦਾ ਨਾਮ ਡੇਜ਼ਰਟ ਫਾਕਸ ਰੱਖਿਆ ਗਿਆ। ਮਯੂਨਿਕ ਪੈਕਟ ਸਤੰਬਰ 1939 ਈਸਵੀ ਵਿੱਚ ਸੰਪੰਨ ਹੋਇਆ। ਜਰਮਨੀ ਨੇ ਵਰਸਾਏ ਦੀ ਸੰਧੀ ਦਾ ਉਲੰਘਣ 1935 ਈਸਵੀ ਵਿੱਚ ਕੀਤਾ ਸੀ। ਵਰਸਰਾਏ ਦੀ ਸੰਧੀ 28 ਜੂਨ 1919 ਦੇ ਵਿੱਚ ਹੋਈ ਸੀ। ਸਪੇਨ ਵਿੱਚ ਗ੍ਰਹਿ 1936 ਵਿੱਚ ਸ਼ੁਰੂ ਹੋਇਆ। ਸੰਯੁਕਤ ਰੂਪ ਤੋਂ ਇਟਲੀ ਅਤੇ ਜਰਮਨੀ ਦਾ ਪਹਿਲਾ ਸ਼ਿਕਾਰ ਸੀ ਜਿਹੜਾ ਉਹ ਸਪੇਨ ਸੀਗਾ। ਜਰਮਨੀ ਦੁਆਰਾ ਸੋਵੀਅਤ ਸੰਘ 'ਤੇ ਹਮਲਾ ਕਰਨ ਦੀ ਯੋਜਨਾ ਨੂੰ ਆਪਰੇਸ਼ਨ ਬਾਰਬੋਸਾ ਕਿਹਾ ਗਿਆ ਹੈ। 23 ਜੂਨ 1939 ਈਸਵੀ ਨੂੰ ਜਰਮਨੀ ਰੂਸ ਹਮਲਾ ਸਮਝੌਤੇ 'ਤੇ ਦਸਤਖਤ ਹੋਏ। ਜਰਮਨੀ ਨੇ ਰੂਸ 'ਤੇ ਸਮਝੌਤਾ ਉਲੰਘਣ ਦਾ ਦੋਸ਼ ਲਗਾ ਕੇ ਉਸ 'ਤੇ ਜੂਨ 1941 ਦੇ ਵਿੱਚ ਹਮਲਾ ਕਰ ਦਿੱਤਾ ਸੀ। ਜਰਮਨੀ ਦੀ ਤਰਫ ਤੋਂ ਦੂਸਰੇ ਵਿਸ਼ਵ ਯੁੱਧ ਵਿੱਚ 10 ਜੂਨ 1940 ਈਸਵੀ ਨੂੰ ਇਟਲੀ ਨੇ ਪ੍ਰਵੇਸ਼ ਕੀਤਾ। ਅਮਰੀਕਾ ਦਾ ਦੂਸਰੇ ਵਿਸ਼ਵ ਯੁੱਧ ਵਿੱਚ ਪ੍ਰਵੇਸ਼ 8 ਦਸੰਬਰ 1941 ਨੂੰ ਹੋਇਆ। ਅਮਰੀਕਾ ਦੇ ਯੁੱਧ ਵਿੱਚ ਸ਼ਾਮਿਲ ਹੋਣ ਦਾ ਕਾਰਨ 7 ਦਸੰਬਰ ਨੂੰ ਜਪਾਨ ਦਾ ਪਰਲ ਹਾਰਬਰ ਬੰਦਰਗਾਹ ਸੀਗਾ। ਦੂਸਰੇ ਵਿਸ਼ਵ ਯੁੱਧ ਦੇ ਸਮੇਂ ਇੰਗਲੈਂਡ ਦਾ ਪ੍ਰਧਾਨ ਮੰਤਰੀ ਵਿਸਟਨ ਚਰਚਿਲ ਅਤੇ ਅਮਰੀਕਾ ਦਾ ਰਾਸ਼ਟਰਪਤੀ ਫਰੈਂਕਲਿਨ ਡੀ ਰੂਜ਼ਵੈਲਟ ਸੀ। ਇੰਗਲੈਂਡ ਦੀ ਸ਼ਾਨਦਾਰ ਅਲਗਾਵਵਾਦ ਦੀ ਨੀਤੀ ਦਾ ਵਿਚਾਰਕ ਮੇਦੀਸੇਵਰੀ ਸੀਗਾ। ਵਰਸਾਏ ਦੀ ਸੰਧੀ ਨੂੰ ਆਰੋਪਿਤ ਸੰਧੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਤਾਂ ਇੰਪੋਰਟੈਂਟ ਕੁਐਸਚਨ ਬਣਦਾ ਇੱਥੇ, ਦੂਸਰਾ ਨਾਮ ਕਹਿ ਸਕਦੇ ਹਾਂ ਅਸੀਂ। ਦੂਸਰੇ ਵਿਸ਼ਵ ਯੁੱਧ ਵਿੱਚ ਜਰਮਨੀ ਦੀ ਹਾਰ ਦਾ ਸਿਹਰਾ JS ਯਾਨੀ ਕਿ ਰੂਸ ਨੂੰ ਦਿੱਤਾ ਜਾਂਦਾ ਹੈ। ਦੂਸਰੇ ਵਿਸ਼ਵ ਯੁੱਧ ਦੇ ਦੌਰਾਨ ਅਮਰੀਕਾ ਨੇ 6 ਅਗਸਤ 1945 ਈਸਵੀ ਨੂੰ ਜਪਾਨ 'ਤੇ ਪਰਮਾਣੂ ਬੰਬ ਦਾ ਪ੍ਰਯੋਗ ਕੀਤਾ। ਇਸ ਯੁੱਧ ਦੇ ਵਿੱਚ ਮਿੱਤਰ ਰਾਸ਼ਟਰਾਂ ਦੁਆਰਾ ਹਾਰਨ ਵਾਲਾ ਅੰਤਿਮ ਦੇਸ਼ ਸੀ ਜਿਹੜਾ ਉਹ ਜਪਾਨ ਸੀ। ਅਮਰੀਕਾ ਨੇ 6 ਅਗਸਤ 1945 ਨੂੰ ਹੀਰੋਸ਼ੀਮਾ ਅਤੇ ਲਿਟਲ ਬੋਏ ਯੂਰੇਨੀਅਮ 293 ਅਤੇ 9 ਅਗਸਤ 1945 ਨੂੰ ਨਾਗਾਸਾਕੀ ਦੇ ਫੈਟਮੈਨ ਪਲੋਟੇਨੀਅਮ 293 ਨਾਮਕ ਐਟਮ ਬੰਬ ਸੁੱਟਿਆ ਸੀ। ਅੰਤਰਰਾਸ਼ਟਰੀ ਖੇਤਰ ਵਿੱਚ ਦੂਜਾ ਵਿਸ਼ਵ ਯੁੱਧ ਦਾ ਸਭ ਤੋਂ ਵੱਡਾ ਯੋਗਦਾਨ ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ ਹੈ ਯਾਨੀ ਕਿ UNO ਦੀ। 30 ਅਪ੍ਰੈਲ 1945 ਵਿੱਚ ਹਿਟਲਰ ਨੇ ਆਪਣੇ ਆਪ ਨੂੰ ਬਰਲਿਨ ਵਿੱਚ ਗੋਲੀ ਮਾਰ ਲਈ ਸੀ। ਤਾਂ ਇਹ ਉਹਦੀ ਟਾਈਮਿੰਗ ਸੀ, 30 ਅਪ੍ਰੈਲ 1945 ਬਰਲਿਨ ਜਗ੍ਹਾ ਸੀਗੀ।
ਤਾਂ ਇਸ ਦੇ ਨਾਲ ਹੀ ਸੈਕਿੰਡ ਵਰਲਡ ਵਾਰ ਟੋਪਿਕ ਜਿਹੜਾ ਉਹ ਕੰਪਲੀਟ ਹੁੰਦਾ ਹੈ। ਬਹੁਤ ਘੱਟ ਜਾਣਕਾਰੀ ਸੀ, ਜੋ ਵੀ ਇੰਪੋਰਟੈਂਟ ਜਾਣਕਾਰੀ ਸੀ ਸੈਕਿੰਡ ਵਰਲਡ ਵਾਰ ਨਾਲ ਸੰਬੰਧਿਤ ਉਹ ਤੁਹਾਨੂੰ ਅਸੀਂ ਪ੍ਰੋਵਾਈਡ ਕੀਤੀ ਹੈ। ਬਾਕੀ ਸਾਰਿਆਂ ਨੂੰ ਬੈਸਟ ਆਫ ਲੱਕ ਜੀ, ਰਿਲੈਕਸ ਹੋ ਕੇ ਆਪਣਾ ਤੁਸੀਂ ਇਗਜ਼ਾਮ ਦੇਣਾ ਅਤੇ ਐਡਮਿਟ ਕਾਰਡ, ਆਈਡੀ ਪਰੂਫ ਜ਼ਰੂਰ ਤੁਸੀਂ ਨਾਲ ਲੈ ਕੇ ਜਾਣਾ, ਨਾਲ ਹੀ ਮਾਸਕ ਜ਼ਰੂਰੀ ਹੋਏਗਾ। ਸੋ ਇਹ ਜ਼ਰੂਰੀ ਚੀਜ਼ਾਂ ਨੇ। ਧੰਨਵਾਦ ਜੀ।